ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਸ਼ੁਭਮ ਕੁਮਾਰ ਸ਼ੁਭੀ ਸਮਾਜ ਸੇਵੀ ਨੇ ਵਾਰਡ ਨੰਬਰ 1 ਵਿਚ ਰਾਮ ਮੰਦਿਰ ਦੀ ਖੁਸ਼ੀ ਵਿਚ ਜਗਤ ਮਹੱਲੇ ਵਿਚ ਘਰ ਘਰ ਦੀਵੇ ਤੇ ਲੱਡੂ ਵੰਡੇ ਤੇ ਉਨ੍ਹਾਂ ਕਿਹਾ ਘਰ ਘਰ ਦੀਵੇ ਜਗਾਉਣੇ ਹਨ। ਇਸ ਮੌਕੇ ਉਨ੍ਹਾਂ ਨੇ ਮੁਹੱਲੇ ਵਾਲਿਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਮੁਹੱਲੇ ਵਿਚ ਪਾਣੀ ਦੀ ਨਿਕਾਸੀ ਅਤੇ ਸਫਾਈ ਦਾ ਪ੍ਰਬੰਧ ਕੀਤਾ ਜਾਵੇ। ਲੋਕ ਸਾਡੇ ਆਪਦੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ, ਕਿਉਂਕਿ ਜਦੋਂ ਵੀ ਜਿਹੜੀ ਮਰਜ਼ੀ ਸਰਕਾਰ ਆਈ ਹੈ, ਮੈਂ ਇਸ ਸਰਕਾਰ ਦੀ ਗੱਲ ਨਹੀਂ ਕਰਦਾ, ਭਾਵੇਂ ਜਿਹੜੀ ਮਰਜ਼ੀ ਸਰਕਾਰ ਆਉਂਦੀਆਂ ਜਾਂਦੀਆਂ ਰਹੀ ਹੈ, ਪਰ ਇਹ ਲੋਕਾਂ ਤੇ ਕੁਛ ਵੀ ਕਿਸੇ ਨੇ ਆ ਕੇ ਸੁਣਵਾਈ ਨਹੀਂ ਕਰੀ। ਵੋਟਾਂ ਵੇਲੇ ਉਰੇ ਜ਼ਰੂਰ ਆਉਂਦੇ ਆ, ਪਰ ਉਹ ਤੋਂ ਪਹਿਲਾਂ ਕਦੇ ਨਹੀਂ ਆਏ। ਇਹ ਲੋਕ ਨਰਕ ਦੀ ਜ਼ਿੰਦਗੀ ਭੋਗ ਰਹੇ ਆ। ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਸਿਸਟਮ ਨੂੰ, ਅਗਰ ਤੁਹਾਡੇ 'ਚ ਇਹ ਵੀ ਤੁਸੀਂ ਚੰਗਾ ਕੰਮ ਕਰ ਰਹੇ, ਤੁਸੀਂ ਇਹ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਦਿਨ ਆ ਕੇ ਦੇਖੋ ਕਿੰਨਾ ਬੁਰਾ ਹਾਲ ਹੈ, ਕਿਵੇਂ ਇਹਨਾਂ ਦੇ ਘਰਾਂ ਬੁਰੇ ਪਾਣੀ ਖੜ੍ਹਾ, ਕਿਵੇਂ ਪੀਣ ਨੂੰ ਪਾਣੀ ਨਹੀਂ ਹੈਗਾ, ਬੜੀ ਗੰਭੀਰ ਸਮੱਸਿਆ। ਇਸ ਲਈ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਧੂਰੀ ਦੇ ਪ੍ਰਸ਼ਾਸਨ ਨੂੰ ਕਿ ਇਹ ਚੀਜ਼ਾਂ ਦਾ ਹੱਲ ਕਰਿਆ ਜਾਵੇ, ਨਹੀਂ ਤਾਂ ਇਹ ਲੋਕ ਅੱਗੇ ਨੂੰ ਤਕੜੇ ਹੋ ਕੇ ਕੋਈ ਇੱਦਾਂ ਦਾ ਸਟੈਪ ਨਾ ਚੱਕਣ ਵੀ ਇਹ ਸਮੱਸਿਆ ਵਾ ਹੋਰ ਗੰਭੀਰ ਬਣ ਜਾਵੇ। ਇਸ ਲਈ ਬੇਨਤੀ ਕਰਨਾ ਚਾਹੁੰਦੇ ਹਾਂ, ਕਿਉਂਕਿ ਧਰਨੇ ਲਾਉਣ ਲਈ ਮਜਬੂਰ ਸਰਕਾਰਾਂ ਕਰਦੀਆਂ, ਫਿਰ ਇਹ ਕਹਿੰਦੇ ਵੀ ਸਾਡੇ ਖਿਲਾਫ ਧਰਨੇ ਲਾਉਂਦੇ ਆ, ਸਾਡੇ ਬਾਹਰ ਮੂਹਰੇ ਆ ਕੇ ਬਹਿੰਦੇ ਆ। ਇਹ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਦਿਨ ਆ ਕੇ ਦੇਖੋ ਕਿਹੋ ਜਿਹੀ ਜ਼ਿੰਦਗੀ ਭੋਗ ਰਹੇ। ਇਸ ਲਈ ਬੇਨਤੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਹੱਲ ਕਰੋ, ਨਹੀਂ ਤਾਂ ਅਗਲਾ ਅਲਟੀਮੇਟਮ ਇਹ ਲੋਕ ਧਰਨੇ ਦੇ ਬੈਠਣਗੇ, ਫਿਰ ਤੁਹਾਨੂੰ ਆਪ ਭੱਜਣਾ ਪੈਣਗੇ ਸਾਰੀ ਸਰਕਾਰ ਦੇ ਬੰਦਿਆਂ ਨੂੰ। ਬਹੁਤ ਬੁਰਾ ਹਾਲ ਹੈ, ਇੰਨਾ ਬੁਰਾ ਹਾਲ ਹੈ, ਜੇ ਮੀਂਹ ਪੈ ਜਾਵੇ ਉਰੇ ਐਂ ਲੱਗਦਾ ਵੀ ਮੈਂ ਕਹਿੰਦਾ 10 ਮਿੰਟ ਵੀ ਕੋਈ ਨਿਕਲ ਨਹੀਂ ਸਕਦਾ ਬੰਦਾ, ਇੰਨਾ ਬੁਰਾ ਹਾਲ ਹੋ ਜਾਂਦਾ ਬਾਈ। ਹਰੇਕ ਕੋਈ ਸਾਰੇ ਆਉਂਦੇ ਨੇ ਬਾਈ, ਹਰੇਕ ਕੋਈ ਬਈ ਜਾਂਦਾ, ਪਰ ਕੋਈ ਹੱਲ ਨਹੀਂ ਕਰਦਾ। ਇਕੱਲਾ ਕਹਿ ਕੇ ਵੀ ਆਪ ਨਿਕਲ ਜਾਂਦੇ ਨੇ ਕਿ ਵੀ ਆਹ ਹੱਲ ਕਰਾਂਗੇ, ਉਹ ਹੱਲ ਕਰਾਂਗੇ, ਪਰ ਕੋਈ ਸੁਣਵਾਈ ਨਹੀਂ ਕਰਦਾ ਜੀ ਕਿਸੇ ਦੀ ਵੀ। ਕੋਈ ਵੀ ਕੋਈ MC ਆ ਜਾਂਦਾ ਤਾਂ ਕਹਿ ਕੇ ਬਸ ਦੇਖ ਕੇ ਅਗਲਾ ਨਿਕਲ ਜਾਂਦਾ, ਹਾਂ ਵੀ ਆਉਂਦੇ ਆ, ਮੁੜ ਕੇ ਨਾ ਮੁੜ ਕੇ ਸਾਨੂੰ ਪੁੱਛਦਾ ਨਾ ਕੋਈ ਕਰਦਾ ਜੀ। MC ਨੂੰ ਵੀ ਸਾਨੂੰ ਬਹੁਤ ਕੁਛ ਕਿਹਾ, ਸਾਨੇ ਬਹੁਤ ਵਾਰੀ ਕਿਹਾ ਬਾਈ ਸਾਡਾ ਹੱਲ ਕਰੋ, ਪਾਣੀ ਦਾ ਹੱਲ ਕਰੋ, ਕੋਈ ਸੁਣਵਾਈ ਨਹੀਂ ਕਰਦੇ ਨੀ। ਬਸ ਇੱਕ ਵਾਰੀ ਕਹਿ ਦੇਖ ਲੈਂਦੇ ਨੇ, ਹਾਂ ਕਵੇਲੀ ਪੁੱਤ ਕਰ ਦਿੰਦੇ ਆ, ਬਸ ਉਹਦੇ ਕੋਈ ਸੁਣਵਾਈ ਨਹੀਂ ਸਾਡਾ, ਜਿਵੇਂ ਬੁਰਾ ਹਾਲ ਆਈ ਸਾਡਾ ਤਾਂ। ਅਸੀਂ ਤਾਂ ਬੇਨਤੀ ਕਰਦੇ ਜੀ ਬਸ ਇੱਕ ਵਾਰੀ ਆਹ ਸਾਡਾ ਕੰਮ ਬਾਈ। ਅਸੀਂ ਤਾਂ ਅੱਗੇ ਵੀ ਜਾ ਕੇ CM ਆਫਿਸ ਤੱਕ ਵੀ ਗਏ, ਬੇਨਤੀ ਵੀ ਕਰੀ ਬਾਈ ਨੂੰ ਕਿ ਵੀ ਸਾਡਾ ਹੱਲ ਕਰੋ ਬਾਈ ਇਹ ਚੀਜ਼ਾਂ ਦੇ ਆ, ਪਰ ਕੋਈ ਹੱਲ ਨਹੀਂ ਸੁਣਵਾਈ ਕਰਦਾ ਵੀ। ਅਸੀਂ ਤਾਂ ਜਮੇ ਅੱਕ ਕੇ ਸਾਡੇ ਜਿੰਨੇ ਵੀ ਮੁਹੱਲੇ ਵਾਲੇ ਬੰਦੇ ਆ, ਅਸੀਂ ਕਹਿੰਦੇ ਵੀ ਜੇ ਨਾ ਕੋਈ ਸੁਣਵਾਈ ਕਰੂਗਾ ਫਿਰ ਧਰਨੇ ਤੇ ਬੈਠਾਂਗੇ। ਜਿਹੜੇ ਇੱਥੇ MC ਹੈਗੇ ਆ ਜੀ, ਕੋਈ ਸੁਣਵਾਈ ਨਹੀਂ ਕਰਦਾ, ਇੱਥੇ ਇੰਨਾ ਗੰਦ ਪੈ ਜਾਂਦਾ ਹੈ ਜੀ, ਇੱਥੇ ਜੋ ਕੁਛ ਹੈਗਾ ਨਾ ਹੱਲ ਕਿਸੇ ਦਾ ਵੀ ਨਹੀਂ ਹੋ ਰਿਹਾ। ਇੱਥੇ ਗਰੀਬ ਮਾਰ ਹੁੰਦੀ ਹੈ, ਜੋਣੇ ਨੂੰ ਬੁਲਾਉਂਦੇ ਆ, ਜੋਣਾ ਵੀ ਕੁਛ ਸੁਣਾਈ ਹੱਲ ਨਹੀਂ ਕਰਦਾ ਜੀ, ਘਰ ਘਰ ਪਾਣੀ ਵੜ ਜਾਂਦਾ ਜੀ। ਘਰ ਦੇ ਵਿੱਚ ਉਹਨੂੰ ਕਹੋ ਤਾਂ ਉਹ ਸਿੱਧਾ ਜਵਾਬ ਦਿੰਦਾ, ਕਹਿੰਦਾ ਮੇਰੇ ਵਾਸਤੇ ਕੋਈ ਹੱਲ ਨਹੀਂ ਹੈਗਾ, ਸਾਡੇ ਫਾਇਦਾ ਨਹੀਂ ਹੈਗਾ, ਫੋਨ ਚ ਨਹੀਂ